स्वागत है किसान वीरो तुहाडा सिद कडेरी फार्मिंग दे विच। किसान वीरो अज जिहड़ी वीडियो बना रहे हैं पिंड नंगल, ये नंगल निहाल सिंह वाले दे कोल है। निहाल सिंह वाले तहसील पैंदी है, एक पासे पिंड बौडे रह जांदा जिहदे करके इस पिंड नूं बौडे नंगल भी कहा जांदा। जिहड़े घर चो वीडियो बना रहे हैं दोस्तों, वीर दा वपार दा कम है ते कम इहनां दा पुराना, पर पहली वीडियो अपने चैनल उत्ते अपलोड होगी। पहली बार वीर को आए हैं तो अज इस वीडियो दे विच तुहानूं मैं दिखाऊंगा पंज नाग, जिहदे चों दो गब्बण वहड़ा। दोस्तों पहले नंबर वाली वहड़ तुसीं देखोगे जमा मूर्ति है, ये बाद च तुहानूं दिखाउणी है। एक नाल होर गब्बण गां, दो झोटियां दो मझां गब्बण ते एक ताजी सूई भी मझ। सो शुरुआत करदे हां दोस्तों, जिहड़ी मझ ताजी सूई है इहदे तों। वीडियो नूं अंत तक जरूर देखते रहो ते तुहानूं जिहड़ा पशु पसंद आजूगा तसली करना हक हुंदा ते ओह आके करके तुसीं खरीद सकदे हो। आओ वीर नाल मिलाउणे तुहानूं। ਬਾਈ ਸਤਿ ਸ਼੍ਰੀ ਅਕਾਲ। ਨਾਮ ਦੱਸੀ ਵੀਰਾ? ਕੁਲਦੀਪ ਸਿੰਘ ਜੀ। ਠੀਕ ਹੈ ਕੁਲਦੀਪ ਭਾਈ, ਅੱਜ ਪੰਜ ਨਾਗ ਦਿਖਾਉਣੇ ਆ। ਹਾਂਜੀ। ਵਿਕਰੀ ਚ ਆਏ ਵੇ ਪਸ਼ੂ? ਹਾਂਜੀ ਵਿਕਰੀ। ਕਿੰਨਾ ਚਿਰ ਹੋ ਗਿਆ ਵਪਾਰ ਕਰਦੇ? ਵਪਾਰ ਤਾਂ ਯਾਨੀ ਪਹਿਲਾਂ ਸਾਡੇ ਦਾਦਾ ਜੀ, ਫਿਰ ਫਾਦਰ ਸਾਹਿਬ ਜੀ, ਹੁਣ ਆਪ ਤੀਜੀ ਪੀੜ੍ਹੀ ਦਾ ਕੰਮ ਹੀ ਹੋ ਗਿਆ ਜੀ। ਪਹਿਲਾਂ ਬੱਚਿਆਂ ਦਾ ਕੰਮ ਕਰਦੇ ਦਾਦਾ ਜੀ, ਫਿਰ ਬਾਪੂ ਜੀ ਕਰਦੇ ਸੀ। ਠੀਕ ਹੈ। ਹਾਂਜੀ ਹੁਣ ਮੈਨੂੰ 15 ਸਾਲ ਹੋ ਗਏ। ਅੱਛਾ, ਮੱਝਾਂ ਤੇ ਗਾਵਾਂ ਦੋਨੇ ਤਰ੍ਹਾਂ ਦੇ ਪਸ਼ੂ ਆਉਂਦੇ? ਹਾਂਜੀ ਦੋਨੇ। ਜਿਹੜੀ ਪਹਿਲੇ ਨੰਬਰ ਤੇ ਮੱਝ ਸੂਈ ਵੀ ਹੈ, ਕਿੰਨਵਾਂ ਸੂਆ ਤੇ? ਚੌਥੇ ਸੂਏ ਮੈਂ ਜੀ। ਠੀਕ ਰਾਤ ਸੂਈ ਹੈ ਜੀ। ਠੀਕ ਹੈ। ਹਾਂਜੀ ਜੇਰ ਸਹੀ ਪੈ ਗਈ? ਹਾਂਜੀ। ਬੱਚਾ ਕੀ ਦਿੱਤਾ ਇਹਨੇ? ਬੱਚਾ ਕੱਟਾ ਹੈ, ਕੱਟੀ ਹੈ ਜੀ, ਕੱਟੀ ਹੈ। ਹਾਂਜੀ। ਰੇਟ ਇਹਦਾ ਕੀ ਰੱਖਿਆ? ਇਹਦਾ 75,000 ਰੁਪਏ। 75,000? ਹਾਂਜੀ। ਖੋਲੀ ਬਈ ਦੋਸਤੋ, 75,000 ਡਿਮਾਂਡ ਹੈ ਤੇ ਸੂਆ ਚੌਥਾ, ਸੂਈ ਰਾਤ ਹੈ, ਬੱਚਾ ਕੱਟੀ ਦਿੱਤੀ ਹੈ, ਸਾਹਮਣੇ ਕੱਟੀ ਬੈਠੀ ਹੈ ਗੁੱਠ ਦੇ ਵਿੱਚ। ਥਾਣ ਹਵਾਨੇ ਦੀ ਸਾਫ਼ ਸੁਥਰੀ ਮੱਝ ਹੈ। ਰੇਟ 75,000। ਚੰਗਾ ਕੱਦ ਆ ਮੱਝ ਦਾ, ਵੇਲ ਵੀ ਚੰਗੀ ਹੈ, ਮੱਥੇ 'ਚ ਵਾਲ ਚਿੱਟੇ ਦੋਸਤੋ ਇਹਦੇ ਹੈਗੇ ਆ। ਹਵਾਨਾ ਜਿਹੜਾ ਤੁਸੀਂ ਦੇਖੋਗੇ ਸੋਹਣਾ ਦਿਖਾ ਰਹੀ ਹੈ ਮੱਝ, ਢਾਂਚੇ ਦੀ ਵੀ ਸੋਹਣੀ ਹੈ, ਕਮਾਲਾ ਬਾਈ। ਪਹਿਲੀ ਵੀਡੀਓ ਤੇ ਵੀਰ ਨੂੰ ਸ਼ੁਰੂਆਤ ਦੇ ਵਿੱਚ ਹੀ ਇਹ ਗੱਲ ਕਹੀ ਸੀ ਵੀ ਰੇਟ ਆਪਾਂ ਇੱਦਾਂ ਦੇ ਰੱਖਣੇ ਆ ਵੀ ਬਾਹਲਾ ਵੱਡਾ ਫਰਕ ਨਾ ਹੋਵੇ, ਥੋੜ੍ਹਾ ਬਹੁਤਾ ਰੇਟ ਘੱਟ ਜੇ। ਪਰ ਜਿਹੜੀ ਪਹਿਲੀ ਮੱਝ ਦਿਖਾਈ ਹੈ ਇਹਦਾ ਰੇਟ ਜਾਇਜ਼ ਵੀਰ ਨੇ ਕੀਤਾ, 75,000 ਡਿਮਾਂਡ, ਕੱਟੀ ਨਾਲ ਅਤੇ ਥਣ ਹਵਾਨੇ ਦੀ ਸਾਫ਼ ਸੁਥਰੀ, ਸੋਹਣੇ ਥਣਾਂ ਦੀ ਮੱਝ। ਤੁਸੀਂ ਇਹਦਾ ਥਣ ਹਵਾਨਾ ਦੇਖ ਲਓ। 11:06 ਦੱਸੋ ਇਹਦੀ ਪੂਛ ਫੜੀ ਵੀ। ਸੋ ਸੁਬਹਾ ਦੇ ਟਾਈਮ ਵੀਡੀਓ ਬਣਾ ਰਿਹਾ, ਕੇਰਾ ਇਹਦੇ 'ਚੋਂ ਦੁੱਧ ਜ਼ਰੂਰ ਚੋਇਆ ਵਿਆ ਕਿਉਂਕਿ ਥਣ ਤੁਹਾਨੂੰ ਖਾਲੀ ਦਿਸਣਗੇ, ਛੱਡ ਦੇ ਪਏ। ਸੋ ਇਹ ਪਹਿਲੇ ਨੰਬਰ 'ਤੇ ਮੱਝ, ਦੋ ਨੰਬਰ 'ਤੇ ਜਿਹੜੀ ਮੱਝ ਇਹਦੀ ਡਿਟੇਲ ਪੁੱਛਦੇ ਹਾਂ ਬਾਅਦ 'ਚ ਤੋਰਾਂਗੇ। ਦੋ ਨੰਬਰ ਵਾਲੀ ਦੀ ਡਿਟੇਲ ਦੱਸੋ। ਇਹ ਪਹਿਲਾਂ ਝੋਟੀ ਆ ਜੀ। ਕਿੰਨੇ ਦਿਨ ਲੈ ਜੂ ਬਈ? ਇਹਦੇ ਹਫ਼ਤੇ ਦੀ ਕੱਚੀ ਹੈ ਜੀ। ਇੱਕ ਹਫ਼ਤੇ ਦੀ? ਹਾਂਜੀ। ਰੇਟ ਇਹਦਾ ਕੀ ਰੱਖਿਆ? ਇਹਦਾ 85,000 ਰੁਪਇਆ। 85,000 ਦੰਦੋਂ ਤਾਂ ਮੇਰੇ ਖਿਆਲ 'ਚ ਚਾਰ ਦੰਦ? ਹਾਂਜੀ ਹਾਂਜੀ। ਠੀਕ ਹੈ, ਤੋਰ ਦੇ ਬਈ, ਤੋਰ ਦੇ। 85,000 ਰੇਟ ਆ ਦੋਸਤੋ, ਤੇ ਹਜੇ ਹਫ਼ਤਾ ਲੈਂਦੀ ਆ। ਸੂਆ ਪਹਿਲਾਂ, ਚਾਰ ਦੰਦ ਮੂੰਹ 'ਚੋਂ, ਵੱਡੇ ਕੱਦ ਦੀ ਝੋਟੀ, ਕੁੰਡੇ ਸਿੰਘਾਂ ਦੀ ਹੈ। ਸੋ ਕੱਦ ਕਾਠ ਦੇਖਦੇ ਹਾਂ ਤਾਂ ਉਹ ਵੀ ਚੰਗਾ, ਖੁੱਲੀ ਝੋਟੀ ਹੈ, ਥੱਲੋਂ ਬਹੁਤ ਸੋਹਣੀ ਬਾਨੀ ਸ਼ੁਰੂ ਹੋਈ ਹੈ, ਹਜੇ ਹਫ਼ਤਾ ਲੈਂਦੀ ਹੈ, ਕਮਾਲਾ ਬਾਈ। ਤੈਨੂੰ ਵੱਡਾ ਕੱਦ ਹੈ ਅਤੇ ਥਣਾਂ ਦੀ ਬਹੁਤ ਸਾਫ਼ ਸੁਥਰੀ ਝੋਟੀ, 85,000 ਇਹਦਾ ਰੇਟ ਹੈ। ਜਿਹਨੂੰ ਪਸੰਦ ਹੋਵੇ ਤਾਂ ਤੁਸੀਂ ਕੰਟੈਕਟ ਬਾਈ ਨਾਲ ਕਰ ਸਕਦੇ ਹੋ। ਹਵਾਨਾ ਦੱਸੋ, ਇੱਥੋਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਤਿਆਰ ਕਰ ਰਹੀ ਹੈ ਝੋਟੀ। ਸੋ ਇਹ ਪਹਿਲਣ ਮੱਝ ਜਿਹੜੀ ਵਿਕਾਊ ਨੰਬਰ 'ਤੇ ਦੱਸੋ, ਇਹ ਮੱਝ ਜਿਹੜੀ ਵਿਕਾਊ ਆ ਇਹਦੀ ਡਿਟੇਲ ਪੁੱਛਦੇ ਹਾਂ। ਕੁਲਦੀਪ ਭਾਈ, ਕਿੰਨਵਾਂ ਸੂਆ? ਪਲੋਣ ਝੋਟੀ ਆ ਜੀ। ਦੰਦਾਂ 'ਚ ਕੀ? 6 ਦੰਦ ਆ ਜੀ। 6 ਦੰਦ? ਕਿੰਨੇ ਦਿਨ ਲੈਂਦੀ? ਇਹ ਦਿਨ ਪੂਰੇ ਆ ਜੀ। ਦਿਨ ਪੂਰੇ ਆ? ਹਾਂਜੀ। ਕਦੋਂ ਵੀ ਸੂ ਸਕਦੀ ਹੈ? ਇਹ ਕਦੇ ਵੀ ਸੂ ਸਕਦੀ ਹੈ, ਇੱਕ ਦੋ ਦਿਨ ਲੈ ਸਕਦੀ ਹੈ। ਰੇਟ ਇਹਦਾ? ਇਹਦਾ ਵੀ 85,000 ਰੁਪਏ। ਤੋਰਦੀ ਮੈਂ? ਤੋਰਦੀ। 85,000, ਇਹ ਵੀ ਪਹਿਲਾ ਸੂਆ, ਇਹ 6 ਦੰਦ ਹੈ। ਕੱਦ ਇਹਦਾ ਵੀ ਚੰਗਾ, ਦੂਜੀ ਝੋਟੀ ਤਾਂ ਖੈਰ ਜ਼ਿਆਦਾ ਹੀ ਵੱਡੀ ਸੀ, ਪਰ ਇਹਦਾ ਵੀ ਕੱਦ ਸੋਹਣਾ ਹੈ, ਘੱਟ ਨਹੀਂ ਕੱਦ, ਥਣ ਬਹੁਤ ਸੋਹਣੇ ਇਹਦੇ ਲੱਗੇ ਆ, ਸਿੰਘ ਇਹਦਾ ਵੀ ਕੁੰਡਾ, ਥਣ ਦਾ ਸਾਈਜ਼ ਤਾਂ ਤੁਹਾਨੂੰ ਮੈਂ ਨੇੜੇ ਤੋਂ ਦਿਖਾਊਂਗਾ, ਪਸੰਦ ਆਊ। ਦਿਨ ਦੋਸਤੋ 1-2 ਲੈ ਵੀ ਸਕਦੀ ਹੈ, ਪਰ ਪੂਰੇ ਆ ਦਿਨ। ਹਵਾਨਾ ਇੱਥੋਂ ਦੇਖ ਲਓ, ਇੱਥੇ ਰੋਕੀ ਵੀਰੇ, ਤੁਹਾਨੂੰ ਥਣ ਦਾ ਸਾਈਜ਼ ਮੈਂ ਕਿਹਾ ਸੀ ਤਾਂ ਜ਼ਰੂਰ ਤੁਹਾਨੂੰ ਦਿਖਾਉਣਾ, ਦੇਖ ਸਕਦੇ ਹੋ ਚਾਰੇ ਥਣ ਤੁਸੀਂ, ਬਹੁਤ ਸੋਹਣੇ ਰੰਗ ਰੂਪ ਦੇ ਆ। ਲਿਆ ਭਾਈ ਕਮਾਲਾ। ਸੋ ਕੱਦ ਕਾਠ ਵੀ ਠੀਕ ਹੈ, ਦਰਮਿਆਨੇ ਕੱਦ 'ਚ ਹੈ, ਬਾਹਲਾ ਵੱਡਾ ਕੱਦ ਨਹੀਂ, ਪਰ ਸੋਹਣੀ ਝੋਟੀ ਥੱਲੇ ਦੀ ਸਾਫ਼ ਸੁਥਰੀ ਹੈ। ਡਿਮਾਂਡ ਇਹਦੀ ਵੀ 85,000 ਹੀ ਵੀਰ ਨੇ ਕੀਤੀ ਹੈ, ਸੇਮ ਰੇਟ ਆ ਦੋਵਾਂ ਦਾ, ਤੁਸੀਂ ਜਿਹੜੀ ਝੋਟੀ ਤੁਹਾਨੂੰ ਚੰਗੀ ਲੱਗੇ ਉਸੇ ਦਾ ਸੌਦਾ ਵੀਰ ਨਾਲ ਰਲਾ ਸਕਦੇ ਹੋ।
ਦੋ ਗਾਵਾਂ ਦੋਸਤੋ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਆ ਜਿਹੜੀ ਗਾਵਾਂ ਦੇ ਵਿੱਚੋਂ ਵੀਰੇ ਪਹਿਲੇ ਨੰਬਰ ਤੇ ਗਾਂ ਕਿੰਨਾ ਸੂਆ ਇਹ ਪਲੂਣ ਹੈ ਦੰਦੋ ਇਹ 6 ਦੰਦ ਹੈ ਜੀ 6 ਦੰਦ ਕਿੰਨੇ ਦਿਨ ਲੈ ਜੂਗੀ ਇਹਦੇ ਦਿਨ ਵੀ ਪੂਰੇ ਦੱਸਿਆ ਅੱਛਾ ਇਹਦਾ ਰੇਟ ਕੀ ਰੱਖਿਆ ਇਹਦਾ 65000 ਰੁਪਏ ਕੱਢੀ 12 ਰੁਪਏ 65000 ਰੇਟ ਇਸ ਸਾਈਡ ਦੇ ਉੱਤੇ ਮੱਝਾਂ ਦੇ ਨਾਲ ਖੜੀ ਪਹਿਲੇ ਨੰਬਰ ਵਾਲੀ ਗਾਂ ਤੋਰ ਤੋਰ 6 ਦੰਦ ਦਾ ਮੂੰਹ ਚੋਂ ਕੱਦ ਕਾਠ ਇਹਦਾ ਵੀ ਵੱਡਾ ਇਹਦਾ ਥਣ ਬਹੁਤ ਸੋਹਣਾ ਕਿਉਂਕਿ ਥੋੜੀ ਜੀ ਬਰੀਡ ਕ੍ਰੋਸ ਲੱਗਦੀ ਹੈ ਦੇਖਣ ਚ ਹਵਾਨਾ ਜਿੰਨਾ ਵੀ ਹੈਗਾ ਸਾਰਾ ਹੀ ਜੋਸ਼ ਵਾਲਾ ਪੱਟਾਂ ਦੇ ਸਨ ਚ ਹੀ ਹਵਾਨਾ ਦਿਖਾ ਰਹੀ ਹੈ ਜਿੰਨਾ ਵੀ ਦਿਖਾਉਂਦੀ ਹੈ ਥਣ ਦਾ ਸਾਈਜ ਦੱਸੋ ਹੱਥੀਂ ਚਵਾਈ ਵਾਸਤੇ ਬਹੁਤ ਸੋਹਣਾ ਕਮਾਲਾ ਬਈ ਲੈ ਚੱਲ ਸੋ ਇਹ ਪਹਿਲੇ ਨੰਬਰ ਤੇ 65000 ਇਹਦਾ ਰੇਟ ਹੈ ਦੁੱਧ ਪਹਿਲੇ ਸੂਏ ਚ ਹੀ ਚੰਗਾ ਪਾ ਦੂਗੀ 6 ਦੰਦ ਦਾ ਮੂੰਹ ਦੇ ਵਿੱਚੋਂ ਲਿਆ ਵੀਰੇ ਬੰਦ ਠੰਡੀ ਮਿੱਠੀ ਵੀਰ ਕਹਿੰਦਾ ਫੁੱਲ ਆ ਬਾਕੀ ਗਾਵਾਂ ਦੇ ਵਿੱਚ ਇਹ ਸਮੱਸਿਆ ਘੱਟ ਹੀ ਆਉਂਦੀ ਹੈ ਜਿਹੜੀਆਂ ਐਚ ਐਫ ਦੇ ਨਾਲ ਜਿਹੜੀਆਂ ਟੱਚ ਚ ਆ ਜਾਂਦੀਆਂ ਕਿਉਂਕਿ ਐਚ ਐਫ ਇੱਕ ਬਹੁਤ ਠੰਡੀ ਬਰੀਡ ਹੈ ਜਿਹਦੇ ਕਰਕੇ ਇਹਨਾਂ ਦਾ ਸੁਭਾਅ ਸ਼ਾਂਤ ਰਹਿੰਦਾ ਹਵਾਨਾ ਬਹੁਤ ਸੋਹਣਾ ਦਿਖਾਉਂਦੀ ਹੈ ਦੱਸੋ ਤੁਸੀਂ ਕਲੀਅਰ ਦੇਖ ਸਕਦੇ ਹੋ ਅੱਗੇ ਨੂੰ ਵੀ ਹਵਾਨਾ ਚੰਗਾ ਪੂਛ ਫੜੀ ਕਲਦੀ ਪਈ ਇਹਦੀ ਹੁਣ ਹਵਾਨਾ ਦੇਖ ਲਓ ਦੋਸਤੋ ਮੈਂ ਪਹਿਲਾਂ ਹੀ ਦੱਸਿਆ ਸੀ ਵੀ ਪੱਟਾਂ ਦੇ ਸਨ ਚ ਪੂਰਾ ਜੋਸ਼ ਵਾਲਾ ਤੇ ਚੌੜਾ ਹਵਾਨਾ ਲਾਸਟ ਤੇ ਤੁਹਾਨੂੰ ਇੱਕ ਵੈੜ ਦਿਖਾਉਣੀ ਹੈ ਬਹੁਤ ਸੋਹਣੀ ਆ ਜਿਹੜੀ ਲਾਸਟ ਵਾਲੀ ਵੈੜ ਆ ਬਾਈ ਹਾਂਜੀ ਬਾਈ ਕਿੰਨਵਾਂ ਸੂਆ ਪਲੂਣ ਬੱਚੀ ਆ ਜੀ ਦੰਦੋਂ ਦੋਂਦ ਦੇ ਦੋਂਦ ਦੇ ਦੰਦ ਕੱਢਦੀ ਆ ਜੀ ਦੋਂਦ ਦੇ ਦੰਦ ਕੱਢਦੀ ਆ ਹਾਂਜੀ ਕਿੰਨੇ ਦਿਨ ਲਊ ਬਾਈ ਸੋਹਣੀ ਇਹਦੇ ਜੀ 10 ਦਿਨ ਬਾਕੀ ਆ ਰੇਟ ਇਹਦਾ ਇਹਦਾ ਰੇਟ ਫੋਨ ਤੇ ਕਰ ਲਾਂਗੇ ਠੀਕ ਹੈ ਖੋਲੀ ਬਾਈ ਦੋਸਤੋ ਦੋਂਦ ਦੇ ਦੰਦ ਕੱਢਦੀ ਆ ਹਜੇ 10 ਦਿਨ ਲੈਂਦੀ ਆ ਛੋਟੀ ਉਮਰ ਚ ਵੱਡੇ ਕੱਦ ਦੀ ਵੈੜ ਟੌਪ ਦੀ ਬਰੀਡ ਆ ਫੇਸ ਦੇਖੋਗੇ ਉਹ ਵੀ ਬਹੁਤ ਸੋਹਣਾ ਤੋਰੂਗਾ ਵੀਰ ਤਾਂ ਹਵਾਨਾ ਵੀ ਤੁਹਾਨੂੰ ਦਿਸੂਗਾ ਜੇ ਹਫਤਾ 10 ਦਿਨ ਲੈਂਦੀ ਹੈ ਭਲੂਣ ਜ਼ਰੂਰ ਚੱਕਣੀ ਸ਼ੁਰੂ ਕਰਤੀ ਸੋ ਦੇਖ ਸਕਦੇ ਹੋ ਇਹਦਾ ਸਟਰਕਚਰ ਵੀ ਲੈ ਚੱਲ ਬਈ ਹਵਾਨੇ ਦੇ ਉੱਤੇ ਭਲੂਣ ਜਿਹੜੀ ਉਤਰਨੀ ਸ਼ੁਰੂ ਹੋ ਗਈ ਹੈ ਥਣ ਬਹੁਤ ਸੋਹਣਾ ਰੱਖਿਆ ਵੈੜ ਨੇ ਅਤੇ ਹਵਾਨਾ ਬਹੁਤ ਤਕੜਾ ਬਣਾਉਣਾ ਇਹਨੇ ਦੱਸੋ ਕਿਉਂਕਿ ਅਜੇ ਦਿਨ 10 ਲੈਂਦੀ ਹੈ ਕੱਦ ਕਾਠ ਅਤੇ ਉੱਪਰੋਂ ਬਿਲਕੁਲ ਸਟਰੇਟ ਲੱਤਾਂ ਦੀ ਸਾਫ਼ ਸੁਥਰੀ ਸੋਹਣੀ ਹੈ ਮਜ਼ਬੂਤ ਆ ਲੈਗ ਸਕੋਰ ਦੇਖ ਸਕਦੇ ਹੋ ਤੁਸੀਂ ਬਿਲਕੁਲ ਸਿੱਧੀ ਲੱਤ ਦਿਸਦੀ ਹੈ ਲੈ ਚੱਲ ਬਈ ਬਣ ਸੋ ਇਹ ਦੱਸੋ ਲਾਸਟ ਉੱਤੇ ਵੈੜ ਅਤੇ ਇਹਦਾ ਰੇਟ ਵੀਰ ਨੇ ਰੱਖਿਆ ਫੋਨ ਦੇ ਉੱਤੇ ਬਾਕੀ 4 ਨਗ ਤੁਹਾਨੂੰ ਦਿਖਾਤੇ ਆ ਰੇਟ ਅਤੇ ਡਿਟੇਲ ਸਾਰੀ ਦੱਸਤੀ ਇਦੋਂ ਅੱਗੇ ਤੁਹਾਡਾ ਕੰਮ